ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਉਮੀਦ ਕਰਦਾ ਕਿ ਸਾਰੇ ਭਾਈ ਖੈਰੀ ਹੋ ਫਿਰਤ ਨਾਲ ਹੋਣਗੇ ਅੱਜ ਤੁਹਾਡਾ ਭਾਈ ਅਕੀਲ ਅਹਿਮਦ ਤੁਹਾਡੇ ਵਾਸਤੇ ਲੈ ਕੇ ਆਇਆ 135 ਦਾ ਇੰਜਣ ਭਾਈ ਜੀ ਆ ਇੰਜਣ ਰੀਨਿਊ ਕਰੋ ਤੇ ਆ ਚੈੱਕ ਕਰ ਸਕਦੇ ਹੋ ਇੰਜਣ ਭਾਈ ਨੇ ਲਿਆਂਦਾ ਸੀ ਚੱਕੀ ਚਲਾਉਣ ਵਾਸਤੇ ਪਰ ਭਾਈ ਹੁਣਾਂ ਦਾ ਸਿਸਟਮ ਬਹੁਤ ਵੱਡਾ ਹੈ ਉਹ ਕਹਿੰਦੇ ਅਸੀਂ ਛੋਟਾ ਵੇਚ ਕੇ ਵੱਡਾ ਇੰਜਣ ਲਿਆਣਾ ਹੈ ਭਾਈਆਂ ਅਗਰ ਆਪਾਂ ਇਹ ਇੰਜਣ ਦੇ ਚੇਸੀ ਦੀ ਗੱਲ ਕਰੀਏ ਤੇ ਆ ਚੈੱਕ ਕਰ ਸਕਦੇ ਹੋ ਇੱਕ ਕਮਰੇ ਦੇ ਵਿੱਚ ਪਿਆ ਹੋਇਆ ਆਨੇ ਉਹਨੇ ਤੁਸੀਂ ਇਹਦੇ ਆਪ ਹੀ ਬਣਾ ਲਿਓ ਮੇਰੇ ਹਿਸਾਬ ਨਾਲ ਤੇ ਕਬਾੜ ਕਬੂਟ ਚ ਜਾਏਗਾ ਆ ਭਾਈ ਜੀ ਇਹਦਾ ਰੈਡੀਏਟਰ ਚੈੱਕ ਕਰ ਸਕਦੇ ਹੋ ਤਕਰੀਬਨ ਸਾਫ ਸੁਥਰਾ ਹੀ ਏ ਕੋਈ ਚੀਜ਼ਾਂ ਇਹਦੀਆਂ ਜਿਹੜੀਆਂ ਆਪਾਂ ਨੂੰ ਬਹੁਤ ਜ਼ਿਆਦਾ ਕੰਮ ਦੇਣਗੀਆਂ ਆ ਭਾਈ ਜੀ ਇਹਦਾ ਸਲਫ ਸਲਫ ਜਨਰੇਟਰ ਜੀ ਨੂੰ nder ਚੈੱਕ ਕਰ ਸਕਦੇ ਹੋ ਆ ਸਾਰਾ ਸਿਸਟਮ ਜੇ ਇੱਥੇ ਲੱਗਿਆ ਹੋਇਆ ਜੇ ਫੈਕਟਰੀ ਥੱਲੇ ਪਈ ਹੈ ਆਇਨਾ ਨੇ ਨਾਲ ਬੈਟਰੀ ਲਾਈ ਹੋਈ ਏ ਇਧਰ ਇੱਕ ਬਟਨ ਜਿਹਾ ਲੱਗਿਆ ਹੋਇਆ ਜੇ ਨਾਲ ਸਟਾਰਟ ਸਟੂਟ ਕਰਦੇ ਨੇ ਇਹ ਅਗਰ ਭਾਈ ਕਿਸੇ ਭਾਈ ਨੇ ਖਰੀਦਣਾ ਹੋਵੇ ਸਾਡੇ ਨਾਲ رابطہ ਕਰ ਸਕਦਾ ਅਸੀਂ ਐਂਡ ਤੇ ਤੁਹਾਨੂੰ ਨੰਬਰ ਵੀ ਆਪਣਾ ਦੇਵਾਂਗੇ ਬਕਾਇਆ ਇਹ ਚੱਲਦਾ ਫਿਰਦਾ ਕਾਰੋਬਾਰ ਏ ਇੱਕ ਛੋੜੀ ਜੱਕੀ ਲਾ ਲਿਓ ਤੇ ਕਮਾ ਲਿਓ ਆ ਭਾਈ ਇਹਦਾ ਜਨਰੇਟਰ ਵੀ ਚੈੱਕ ਕਰ ਸਕਦੇ ਹੋ ਇਹ ਭਾਈ ਹੁਣ ਨਵਾਂ ਹੀ ਲਵਾਇਆ ਕਿਤੇ ਆ ਭਾਈ ਜਾਣੇ ਤੇ ਫਿਲਟਰ ਫੁੱਲਟਰ ਚੈੱਕ ਕਰ ਲਓ ਏ ਭਾਈ ਜਾਨ ਸਟਾਰਟ ਵੀ ਹੁੰਦਾ ਭਾਈ ਇਹਨੂੰ ਸਲਫ ਮਾਰ ਕੇ ਸਾਨੂੰ ਚੈੱਕ ਕਰਾਉ ਹੁਣ ਭਾਈ ਆਪਾਂ ਨੂੰ ਸਟਾਰਟ ਕਰਕੇ ਵਖਾਣਗੇ ਭਾਈ ਹੁਣ ਸਲਫ ਮਾਰਨ ਲੱਗੇ ਨੇ ਆ ਭਾਈ ਇਹਨੇ ਸਟਾਰਟ ਹੋ ਗਿਆ ਭਾਈ ਜਾਨਾ ਤੁਸੀਂ ਵੇਖ ਹੀ ਲਿਆ ਚੱਲਦਾ ਇੰਜਣ ਹੈ ਕੋਈ ਇਹਦੇ ਵਿੱਚ ਖਰਾਬੀ ਘਰੂਬੀ ਕੋ ਨਹੀਂਗੀ ਪਕਾਇਆ ਜਿਹੜੇ ਹਿਸਾਬ ਨਾਲ ਤੁਸੀਂ ਲੋਗ ਇਨਸ਼ਾਅੱਲਾ ਤਾਲਾ ਅਸੀਂ ਦਿਆਂਗੇ ਭਾਈ ਜਾਨ ਕਹਿ ਰਹੇ ਨਹੀਂ ਭਾਈ ਜਾਨ ਇਹਦੀ ਕੀਮਤ ਦੀ ਗੱਲ ਕਰ ਰਹੇ ਨੇ 50000 ਰੁਪਇਆ